ਹਾਲ ਹੀ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਹਵੇਲੀ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਆਇਆ ਸੀ, ਖੁਸ਼ੀਆਂ ਦੀ ਕਲਕਾਰੀ ਫੁੱਟੀ ਸੀ, ਪਰ ਉਸ ਖੁਸ਼ੀਆਂ ਦੀ ਕਲਕਾਰੀ ਦੇ ਉੱਤੇ ਗ੍ਰਹਿਣ ਲੱਗਿਆ ਨਜ਼ਰ ਆ ਰਿਹਾ ਹੈ। ਦਰਅਸਲ ਜਾਣਕਾਰੀ ਮੁਤਾਬਕ, ਜੋ ਜਾਣਕਾਰੀ ਪਿਤਾ ਬਲਕੌਰ ਸਿੰਘ ਨੇ ਸਾਂਝੀ ਕੀਤੀ ਸੀ, ਉਸ ਮੁਤਾਬਕ ਉਹਨਾਂ ਨੂੰ ਫੋਨ ਕੀਤੇ ਜਾ ਰਹੇ ਨੇ। ਬਲਕੌਰ ਸਿੰਘ ਦਾ ਕਹਿਣਾ ਕਿ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ, ਔਰ ਉਸੇ ਮਾਮਲੇ ਨੂੰ ਲੈ ਕੇ ਬਰਜਿੰਦਰ ਸਿੰਘ ਪਰਵਾਨਾ ਪਰਿਵਾਰ ਦੇ ਹੱਕ ਦੇ ਵਿੱਚ ਆ ਗਿਆ। ਬਰਜਿੰਦਰ ਸਿੰਘ ਪਰਵਾਨਾ ਲਾਈਵ ਹੁੰਦਾ ਆ, ਲਾਈਵ ਹੋ ਕੇ ਪਰਿਵਾਰ ਦੇ, ਸਿੱਧੂ ਦੇ ਪਰਿਵਾਰ ਦੇ ਹੱਕ ਵਿੱਚ ਆਉਂਦਾ ਆ, ਔਰ ਕਹਿੰਦਾ ਆ ਕਿ ਪ੍ਰਸ਼ਾਸਨ ਉਹਨਾਂ ਦੇ ਨਾਲ ਗਲਤ ਕਰ ਰਿਹਾ, ਔਰ ਇੱਥੋਂ ਤੱਕ ਕਹਿੰਦਾ ਕਿ ਹੁਣ ਤਾਂ ਭਾਵੇਂ ਸਾਡੀ ਜਾਨ ਲੈ ਲਓ, ਇੰਨਾ ਹੀ ਕਰਨਾ ਰਹਿ ਗਿਆ। ਸਾਫ਼ ਤੌਰ ਦੇ ਉੱਤੇ ਪ੍ਰਸ਼ਾਸਨ ਨੂੰ ਹਲੂਣ ਦਾ ਨਜ਼ਰ ਆਇਆ ਬਰਜਿੰਦਰ ਪਰਵਾਨਾ। ਦਰਅਸਲ ਇਸ ਪੂਰੇ ਮਾਮਲੇ ਨੂੰ ਲੈ ਕੇ ਪਤਾ ਬਲਕੌਰ ਸਿੰਘ ਨੇ ਜਾਣਕਾਰੀ ਸਾਂਝੀ ਕੀਤੀ ਕਿ ਜਿੱਥੇ ਅਸੀਂ ਖੁਸ਼ ਨਜ਼ਰ ਆ ਰਹੇ ਸੀ ਕਿ ਸਾਡੇ ਘਰ ਮਸਾਂ ਕਿਤੇ ਖੁਸ਼ੀਆਂ ਆਈਆਂ ਸੀ, ਉੱਥੇ ਹੀ ਸਾਡੇ ਨਵੇਂ ਜੰਮੇ ਬੱਚੇ ਦੀ ਪ੍ਰਮਾਣਿਕਤਾ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਨੇ। ਪ੍ਰਸ਼ਾਸਨ ਮੰਗ ਕਰ ਰਿਹਾ ਉਹਨਾਂ ਸਾਰੇ ਦਸਤਾਵੇਜ਼ਾਂ ਦੀ ਜਿਹੜੇ ਇਸ ਬੱਚੇ ਦੇ ਨਾਲ ਸੰਬੰਧਿਤ ਨੇ, ਜਿਹੜੇ ਇਸ ਡਿਲੀਵਰੀ ਨੂੰ ਲੀਗਲ ਕਰਾਰ ਕਰਦੇ ਨੇ, ਉਹਨਾਂ ਦਸਤਾਵੇਜ਼ਾਂ ਨੂੰ ਲੈ ਕੇ ਪ੍ਰਸ਼ਾਸਨ ਮੰਗ ਕਰ ਰਿਹਾ। ਪਿਤਾ ਬਲਕੌਰ ਸਿੰਘ ਨੇ ਇੱਥੋਂ ਤੱਕ ਇਲਜ਼ਾਮ ਲਗਾਏ ਸੀ, ਔਰ ਸੀ ਐਮ ਭਗਵੰਤ ਮਾਨ ਦੇ ਖਿਲਾਫ਼ ਵੀ ਪਿਤਾ ਬਲਕੌਰ ਸਿੰਘ ਸਿੱਧੇ ਹੁੰਦੇ ਨਜ਼ਰ ਆਏ ਸੀ। ਉਹਨਾਂ ਨੇ ਕਿਹਾ ਸੀ ਕਿ ਹੁਣ ਉਹ ਹਰਗਿਜ਼ ਪਿੱਛੇ ਮੁੜ ਕੇ ਨਹੀਂ ਦੇਖਣਗੇ, ਔਰ ਜੇ ਹੱਥ ਪਾਉਣਾ ਆ ਤਾਂ ਇਹ ਸਿੱਧੇ ਰੁਕ ਪਾਇਆ ਜਾਵੇ ਔਰ ਪਿੱਛੇ ਯੂ ਟਰਨ ਨਾ ਲਿਆ ਜਾਵੇ। ਇਹ ਸਾਫ਼ ਤੌਰ ਦੇ ਉੱਤੇ ਚੇਤਾਵਨੀ ਦਿੱਤੀ ਸੀ। ਦੂਜੇ ਪਾਸੇ ਬਰਜਿੰਦਰ ਪਰਵਾਨਾ ਹੁਣ ਪਿਤਾ ਔਰ ਮਾਤਾ ਦੋਵਾਂ ਦੇ ਹੱਕ ਦੇ ਵਿੱਚ ਆਉਂਦਾ ਨਜ਼ਰ ਆ ਰਿਹਾ। ਬਰਜਿੰਦਰ ਪਰਵਾਨਾ ਸਿੱਧੂ ਮੂਸੇਵਾਲੇ ਦੇ ਪਰਿਵਾਰ ਦੇ ਹੱਕ ਵਿੱਚ ਆ ਕੇ ਪ੍ਰਸ਼ਾਸਨ ਦੇ ਖਿਲਾਫ਼ ਬੋਲਦਾ ਨਜ਼ਰ ਆ ਰਿਹਾ, ਔਰ ਖਾਸ ਕਰਕੇ ਖਰੀਆਂ ਖਰੀਆਂ ਸੁਣਾਉਂਦਾ ਨਜ਼ਰ ਆ ਰਿਹਾ। ਕੀ ਕੁਝ ਬੋਲਿਆ ਆਓ ਸੁਣਦੇ ਹਾਂ। ਰਾਤ ਦੇ ਨਾ 10:30 ਦਾ ਟਾਈਮ ਹੋ ਗਿਆ ਅਤੇ ਆ ਸਿੱਧੂ ਮੂਸੇਵਾਲੇ ਦਾ ਪਿਓ ਹੁਣੇ ਇਸ ਬਜ਼ੁਰਗ ਨੇ ਇੱਕ ਵੀਡੀਓ ਪਾਈ ਆ। ਮੈਂ ਹੈਰਾਨ ਅਤੇ ਪਰੇਸ਼ਾਨ ਹਾਂ। ਇੱਕ ਪਰਿਵਾਰ ਦੇ ਘਰ ਦੇ ਵਿੱਚ ਖੁਸ਼ੀ ਆਈ ਹੋਵੇ ਅਤੇ ਸਰਕਾਰ ਵੇਖੋ ਭਗਵੰਤ ਮਾਨ ਨੂੰ ਕਿਹੜੀ ਕਿਹੜੀ ਬੇਨਤੀ ਕਰ ਰਿਹਾ। ਇੱਕ ਪਿਓ ਜਿਹਦੇ ਘਰ 'ਚ ਖੁਸ਼ੀ ਆਈ ਆ ਅਤੇ ਸਰਕਾਰ ਮਤਲਬ ਪ੍ਰਸ਼ਾਸਨ ਕੀ ਪ੍ਰੈਸ਼ਰ ਪਾ ਰਿਹਾ, ਕੀ ਦਬਾਅ ਪਾ ਰਿਹਾ। ਲਾਹਨਤ ਆ ਇਸ ਚੁਣੀ ਹੋਈ ਸਰਕਾਰ 'ਤੇ ਯਾਰ, ਲਾਹਨਤ ਆ। ਇਸ ਤੋਂ ਉੱਪਰ ਹੋਰ ਕੁਛ ਨਹੀਂ, ਹੁਣ ਫਾਹੇ ਟੰਗ ਦਿਓ ਸਾਨੂੰ ਵੀ ਭਾਵੇਂ ਸੱਚੀ, ਇਸ ਤੋਂ ਉੱਪਰ ਹੋਰ ਕੁਛ ਨਹੀਂ ਵੇਖਿਆ ਜਾਣਾ। ਲਾਹਨਤ ਆ, ਲਾਹਨਤ ਆ। ਸਮੂਹ ਪੰਜਾਬੀਆਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਅੱਜ ਤੁਹਾਡੇ ਸਨਮੁਖ ਹੋਣ ਦਾ ਮੇਰਾ ਇੱਕੋ ਹੀ ਕਾਰਨ ਹੈ। ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ 2 ਦਿਨ ਪਹਿਲਾਂ ਤੁਹਾਡੀਆਂ ਅਰਦਾਸਾਂ, ਤੁਹਾਡੀਆਂ ਬੇਨਤੀਆਂ ਜੋਧੜੀਆਂ ਨੇ ਸਦਕਾ ਵਾਹਿਗੁਰੂ ਅਕਾਲ ਪੁਰਖ ਨੇ ਆਪਣੇ 'ਤੇ ਮਿਹਰ ਕੀਤੀ, ਆਪਾਂ ਨੂੰ ਸ਼ੁਭ ਦੀਪ ਵਾਪਸ ਕੀਤਾ। ਪਰੰਤੂ ਅੱਜ ਸਵੇਰ ਤੋਂ ਮਨ ਬੜਾ ਪਰੇਸ਼ਾਨ ਸੀ, ਸੋਚਿਆ ਤੁਹਾਨੂੰ ਵੀ ਸਾਰੀ ਇਸ ਗੱਲਬਾਤ ਦਾ ਪਤਾ ਹੋਣਾ ਚਾਹੀਦਾ ਕਿ ਪ੍ਰਸ਼ਾਸਨ ਸਵੇਰ ਤੋਂ ਮੈਨੂੰ ਪਰੇਸ਼ਾਨ ਕਰ ਰਿਹਾ ਇਸ ਗੱਲ ਲਈ ਵੀ ਤੁਸੀਂ ਆਪਣੇ ਇਸ ਬੱਚੇ ਦੇ ਸਾਨੂੰ ਡਾਕੂਮੈਂਟ ਪੇਸ਼ ਕਰੋ, ਇਸ ਬੱਚੇ ਨੂੰ ਲੀਗਲ ਸਾਬਤ ਕਰਨ ਲਈ ਮੈਨੂੰ ਤਰ੍ਹਾਂ ਤਰ੍ਹਾਂ ਦੇ ਸਵਾਲ ਪੁੱਛੇ ਜਾ ਸਕਣ। ਮੈਂ ਸਰਕਾਰ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ, ਖਾਸ ਕਰਕੇ ਸੀ ਐਮ ਸਾਹਿਬ ਨੂੰ, ਵੀ ਕਿਰਪਾ ਕਰਕੇ ਤੁਸੀਂ ਇਸ ਗੱਲ 'ਤੇ ਤਾਂ ਥੋੜ੍ਹਾ ਜਿਹਾ ਤਰਸ ਖਾਓ ਵੀ ਇਹ ਟ੍ਰੀਟਮੈਂਟ ਤਾਂ ਪੂਰਾ ਹੋ ਲੈਣ ਦਿਓ। ਮੈਂ ਇੱਥੋਂ ਦਾ ਰਹਿਣ ਵਾਲਾ, ਮੈਂ ਇੱਥੇ ਹੀ ਰਹੂੰਗਾ, ਜਿੱਥੇ ਤੁਸੀਂ ਮੈਨੂੰ ਬੁਲਾਓਗੇ ਮੈਂ ਤਲਬ ਕਰੂੰਗਾ, ਮੈਂ ਹਰ ਜਗ੍ਹਾ 'ਤੇ ਪਹੁੰਚੂੰਗਾ। ਤਾਂ ਕਿਰਪਾ ਕਰਕੇ ਪਹਿਲਾਂ ਤਾਂ ਮੇਰਾ ਜਿਹੜਾ ਟ੍ਰੀਟਮੈਂਟ ਉਹਨੂੰ ਕੰਪਲੀਟ ਹੋਣ ਦਿੱਤਾ ਜਾਵੇ। ਤਾਂ ਇੱਕ ਮੈਂ ਤੁਹਾਨੂੰ ਇੱਕ ਸਖਤ ਸ਼ਬਦਾਂ 'ਚ ਇਹ ਗੱਲ ਕਹਿੰਦਾ, ਕਿਉਂਕਿ ਮੈਂ ਦੁਖੀ ਬਹੁਤ ਹਾਂ ਜੀ।
ਕਿਉਂਕਿ ਤੁਹਾਡੀ ਇੱਕ ਆਦਤ ਹੈ, ਤੁਸੀਂ ਹਰ ਇੱਕ ਗੱਲ ਤੋਂ ਯੂ ਟਰਨ ਲੈਂਦੇ ਫਿਰ ਬਾਅਦ ਦੇ ਵਿੱਚ। ਤੁਹਾਡੇ ਜਿਹੜੇ ਸਲਾਹਕਾਰ ਨੇ, ਤੁਹਾਡੇ ਜਿਹੜੇ ਪਾਛੂ ਨੇ, ਉਹ ਤੁਹਾਨੂੰ ਇਹੋ ਜਿਹੀ ਸਲਾਹ ਦਿੰਦੇ ਨੇ ਅਤੇ ਫਿਰ ਉੱਥੋਂ ਉਸ ਫੈਸਲੇ 'ਤੇ ਰੋਕਿਆ ਨਹੀਂ ਜਾਂਦਾ। ਮੈਂ ਤੁਹਾਨੂੰ ਬੜੇ ਸਖਤ ਸ਼ਬਦਾਂ 'ਚ ਕਹਿੰਦਾ, ਤੁਸੀਂ ਜੇ ਹੱਥ ਪਾਓਗੇ ਸਮਾਰ ਕੇ ਪਾਇਓ, ਠੀਕ ਹੈ। ਮੈਂ ਯੂ ਟਰਨ ਲੈਣ ਵਾਲਿਆਂ 'ਚੋਂ ਨਹੀਂ, ਮੈਂ ਜਾਨ ਦੇ ਸਕਦਾ, ਮੈਂ ਪਿੱਛੇ ਹਟਣ ਵਾਲਿਆਂ 'ਚੋਂ ਨਹੀਂ। ਮੈਂ ਜਿੱਥੋਂ ਤੱਕ ਗੱਲ ਕਾਨੂੰਨ ਦੀ ਹੈ, ਮੇਰੇ ਪੁੱਤ ਨੇ ਜਿੰਨਾ 28 ਸਾਲ ਦੀ ਜ਼ਿੰਦਗੀ ਜਿਉਂ ਹੀ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਜਿਉਂ, ਮੈਂ ਇੱਕ ਸਾਬਕਾ ਫੌਜੀ ਹਾਂ, ਮੈਂ ਕਾਨੂੰਨ ਦੀ ਹਰ ਜਗ੍ਹਾ ਦੇ ਉੱਤੇ ਰਿਸਪੈਕਟ ਕਰਦਾ। ਔਰ ਮੈਂ ਤੁਹਾਨੂੰ ਯਕੀਨ ਵੀ ਦਿਵਾਉਣਾ ਚਾਹੁੰਦਾ ਇਸ ਗੱਲ ਦਾ ਵੀ ਮੈਂ ਕਾਨੂੰਨ ਦੇ ਹਰ ਪਹਿਲੂ 'ਤੇ ਖਰਾ ਉਤਰੂੰਗਾ। ਮੈਂ ਕਿਸੇ ਵੀ ਜਗ੍ਹਾ ਦੇ ਉੱਤੇ ਕਾਨੂੰਨ ਦੀ ਉਲੰਘਣਾ ਨਹੀਂ ਕੀਤੀ। ਅਗਰ ਮੈਂ ਕੀਤੀ ਹੋਈ, ਮੈਨੂੰ ਫੜ ਕੇ ਜੇਲ੍ਹ 'ਚ ਪਾ ਦਿਉ। ਅਗਰ ਤੁਹਾਨੂੰ ਫਿਰ ਵੀ ਮੇਰੇ 'ਤੇ ਵਿਸ਼ਵਾਸ ਨਹੀਂ, ਪਹਿਲਾਂ ਮੇਰੇ 'ਤੇ FIR ਕੱਟੋ, ਫੜ ਕੇ ਮੈਨੂੰ ਅੰਦਰ ਦਿਓ, ਫਿਰ ਇਨਵੈਸਟੀਗੇਸ਼ਨ ਕਰੋ। ਅਤੇ ਮੈਂ ਆਪਣੇ ਸਵੈ ਵਿਸ਼ਵਾਸ ਦੇ ਨਾਲ ਇਹ ਗੱਲ ਕਹਿੰਦਾ ਵੀ ਮੈਂ ਸਾਰੇ ਲੀਗਲ ਡਾਕੂਮੈਂਟ ਤੁਹਾਡੇ ਸਾਹਮਣੇ ਪੇਸ਼ ਕਰਕੇ ਮੈਂ ਇੱਥੋਂ ਸਾਫ਼ ਵਾਰੀ ਨਿਕਲ ਕੇ ਦਿਖਾਊਂਗਾ ਤੁਹਾਨੂੰ। ਧੰਨਵਾਦ। Subscribe to One India channel and never miss an update.